ਇਹ ਸ਼ਾਸਤਰ ਬਾਬਾ ਜੀਵਨ ਸਿੰਘ ਜੀ ਦੇ ਸਮਾਰਕ ਰੱਖੇ ਗਏ ਹਨ। ਸ਼ੇਸ਼ ਲੈਣ ਤੋਂ ਬਾਅਦ ਬਾਬਾ ਜੀਵਨ ਸਿੰਘ ਜੀ ਨੇ ਇਸ ਸਥਾਨ ਤੇ 29 ਸਾਲ ਬੈਠ ਕੇ ਤਪੱਸਿਆ ਕੀਤੀ, ਸੇਵਾ ਕੀਤੀ, ਸਿਮਰਨ ਕੀਤਾ, ਭਗਤੀ ਕੀਤੀ, ਇਸ ਧਰਤੀ ਨੂੰ ਭਾਗ ਲਾਈ। ਉਹਨਾਂ ਮਹਾਨ ਸ਼ਹੀਦਾਂ ਦੇ ਪਾਵਨ ਦਰਬਾਰ ਦੀ ਕਾਰ ਸੇਵਾ ਚਲਦੀ ਪਈ ਜੀ, ਉਹਨਾਂ ਸ਼ਹੀਦਾਂ ਦੇ ਲੰਗਰਾਂ ਦੀ ਕਾਰ ਸੇਵਾ ਚਲਦੀ ਪਈ ਜੀ, ਇਮਾਰਤਾਂ ਦੀ ਕਾਰ ਸੇਵਾ ਚਲਦੀ ਪਈ ਜੀ। ਆਪਣੇ ਅਤੇ ਆਪਣੇ ਪਰਿਵਾਰ ਦੇ ਅਨੇਕ ਕਮਾਈਆਂ ਵਿੱਚੋਂ ਹਿੱਸੇ ਪਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਯਾਤਰਾ ਤੇ ਆਏ ਹੋ, ਯਾਤਰਾ ਹੁਣ ਸਫਲ ਕਰ ਲਓ ਗੁਰੂ ਕੇ ਪਿਆਰੇ। ਨਾਲ ਹੀ ਇਤਿਹਾਸਿਕ ਪੁਰਾਤਨ 84 ਪੌੜੀਆਂ ਦੇ ਦਰਸ਼ਨ ਕਰਕੇ ਵਰਪਾਗੀ ਹੋਇਆ ਜੀ। ਬੇਅੰਤ ਕਿਰਪਾ ਹੋ ਗਈ, ਗੁਰੂ ਦੀ ਕਿਰਪਾ ਇਹਦੇ ਤੇ ਵੀ, ਇਹ ਵੀ ਕਿੱਥੇ ਪੜ ਲਾ ਹਾਂਜੀ ਹੋਣ ਲੱਗ ਪਈ ਸ਼ੁਰੂ ਬਹਿ ਜਾਓ ਨਾਲ ਤੁਸੀਂ ਉਹ ਫਿਰ ਕੱਲਿਆਂ ਦੀ ਆਉਂਦੀ ਹੈ, ਕੱਲਿਆਂ ਦੀ ਠੀਕ ਹੈ। 1699 13 ਅਪ੍ਰੈਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 6000 ਦਾ ਇਕੱਠ ਕੀਤਾ ਅਤੇ ਜਦੋਂ ਇਕੱਠ ਕੀਤਾ ਉਹਨਾਂ ਨੇ ਆਖਿਆ ਉਂਗਲੀ ਖੜੀ ਕਰਕੇ ਹੱਥ 'ਚ ਫੜੀ ਗੁਰੂ ਸਰਵਾਰ ਕੋਈ ਛੋਟੇ ਵਿੱਚ ਇਹੋ ਜਿਹਾ ਜਿਹੜਾ ਆਪਣੇ ਧਰਮ ਨੇ ਆਪਣੇ ਆਪਣਾ ਸੀਸ ਕੁਰਬਾਨ ਕਰ ਦਿੱਤਾ। ਕੋਈ ਨਹੀਂ ਉੱਠਿਆ, ਜਦੋਂ ਨਾ ਉੱਠਿਆ ਅਤੇ ਦੁਬਾਰਾ ਫਿਰ ਆਖਿਆ ਸੱਚੇ ਪਾਤਸ਼ਾਹ ਨੇ ਵੀ ਭਾਈ ਗੁਰੂ ਉੱਠੋ, ਫਿਰ ਦਿਆ ਰਾਮ ਨੰਗੇ ਪੈਰ ਮੂੰਹ ਚੁਕਾ ਗਲ 'ਚ ਪੱਲੂ ਅਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਸੀਸ ਧਰਿਆ। ਮਹਾਰਾਜ ਫਿਰ ਅਸੀਂ ਹਾਜ਼ਰ ਹਾਂ ਭਾਈ, ਕਿੱਥੋਂ ਦੇ ਰਹਿਣ ਵਾਲਾ, ਕਿਹੜੀ ਕੌਮ ਦੇ ਨਾਲ ਸੰਬੰਧ, ਮੈਂ ਸੱਚੇ ਪਾਤਸ਼ਾਹ ਲਾਹੌਰ ਤੋਂ ਆਇਆ। ਅੱਛਾ, ਕਿਹਨਾਂ ਦਾ ਮੁੰਡਾ ਖੱਤਰੀਆਂ ਦਾ, ਲੜਾਈ ਕਰੇਗਾ ਨਹੀਂ ਸੱਚੇ ਪਾਤਸ਼ਾਹ ਲੜਾਈ, ਅਸੀਂ ਬਾਣੀਏ ਤੱਕੜੀ ਪੱਠਾ ਦੇ ਦੇ, ਕੰਮ ਹਮਾਰਾ ਫੜਨਾ ਤੱਕੜੀ ਨੰਗੀ ਕੰਧ ਕਰੇ ਨਾ ਪਕੜੀ, ਕਿੜੀ ਉੜੇ ਮਰ ਜਾਵਾਂ ਦੁਸ਼ਮਣ ਸੇ ਕੈਸੇ ਲੜਨਾ। ਇੱਧਰ ਚਿੰਬਾ ਲੱਗਿਆ ਹੱਥ ਨੂੰ, ਇੱਧਰ ਕਹਿੰਦੇ ਨਹੀਂ ਔਰੰਗਜ਼ੇਬ ਦਾ ਰਾਜ ਦਿੱਲੀ ਦਿੱਤਾ ਤਲਵਾਰ, ਸੱਚੇ ਪਾਤਸ਼ਾਹ ਲਗਾਏ ਤੱਕੜੀ ਦੇ ਵਿੱਚ, ਕਈ ਕਹਿੰਦੇ ਬੱਕਰਾ ਝਟਕਿਆ ਬੱਕਰਾ ਕਾਜੀ, ਹਾਂਜੀ ਬੱਕਰਾ ਨਹੀਂ ਝਟਕਿਆ ਅਤੇ ਮਹਾਰਾਜ ਲੈ ਕੇ ਉਹਨੂੰ ਤਲਵਾਰ ਹੱਥ ਕਰਿਆ ਚੰਡੀ ਦੇ ਬਾਹਰ ਸੀਸ ਧੜਕੂ ਦਾ ਦੁਬਾਰੇ ਫੇਰ ਸਿਰ ਦੀ ਕਰੀ ਨਿਬੜੀ ਤਲਵਾਰ ਲੱਗਦੀ ਆ ਜੀ। ਫਿਰ ਧਰਮ ਚੱਲ, ਸੱਚੇ ਪਾਤਸ਼ਾਹ ਪੁੱਛਦਾ ਕਿੱਥੋਂ ਆਇਆ ਭਾਈ, ਕਿਹਦਾ ਦਾ ਮੁੰਡਾ ਹੈ ਅਤੇ ਕਿਹੜੀ ਕੌਮ ਨਾਲ ਸੰਬੰਧ ਰੱਖਦਾ, ਕਿੱਥੋਂ ਆਇਆ, ਉਹ ਕਹਿੰਦਾ ਮਹਾਰਾਜ ਦਿੱਲੀ ਦਾ ਵਾਸੀ ਆ, ਮੈਂ ਆਇਆ ਦਿੱਲੀ ਤੋਂ, ਧਰਮ ਚੰਦ ਮੇਰਾ ਨਾਮ। ਲੜਾਈ ਕਰੇਗਾ, ਹਾਂ ਮਹਾਰਾਜ ਲੜਾਈ ਕਰੇਗਾ, ਮੈਂ ਜੱਟ ਉਹਨੂੰ ਵੀ ਸੱਚੇ ਪਾਤਸ਼ਾਹ ਤੰਬੂ ਚਲ ਗਏ, ਉਹਦਾ ਵੀ ਤਲਵਾਰ ਨਾਲ ਚੰਡੀ ਦਾ ਕਰਿਆ ਵਾਰ, ਸੀਸ ਧੜ ਤੋਂ ਜੁੜਾ ਅਤੇ ਚਕਾਰਾ ਛੱਡਦਾ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਅਤੇ ਦੁਬਾਰੇ ਫਿਰ ਮੰਗ ਕੀਤੀ, ਫਿਰ ਮੋਹਕਮਰਾਮ ਛੀਮਾ ਗੁਜਰਾਤ ਤੋਂ ਆ, ਹਾਂ ਭਾਈ ਕਿੱਥੋਂ ਆਇਆ, ਮੈਂ ਜੀ ਗੁਜਰਾਤ ਤੋਂ, ਕਿਹਨਾਂ ਦਾ ਮੁੰਡਾ ਛੀਮਿਆਂ ਦਾ, ਕੀ ਨਾਮ ਹੈ, ਮੋਹਕਮਰਾਮ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਹਿਲਾਂ ਦਿਆ ਫਿਰ ਧਰਮ, ਹੁਣ ਮੋਹਕਮਤਾਬੀ ਆ ਗਈ, ਬੜਾ ਪਿਆਰ ਕੀਤਾ ਸੱਚੇ ਪਾਤਸ਼ਾਹ ਨੇ ਛਾਤੀ ਦੇ ਨਾਲ ਲਾਇਆ ਅਤੇ ਉਹਦਾ ਵੀ ਸੀ ਧਰ ਤੋਂ ਜੁੜਾ ਕਰਤਾ ਗੱਡੀ ਨਾਲ, ਜਦੋਂ ਚੌਥੇ ਦੀ ਮੰਗ ਕੀਤੀ
ਚੌਥਾ ਜਗਨਨਾਥਪੁਰੀ ਉੜੀਸਾ ਹਿੰਮਤ ਰਾਏ ਝਿਓਰ ਉੱਥੋਂ ਬਾਅਦ ਉਹਨੂੰ ਮਹਾਰਾਜ ਨੇ ਪੁੱਛਿਆ ਹੋਵੇ 1400 ਸਾਥੀ ਨੂੰ ਜਿਹੜੇ ਆਪਾਂ ਮਨਾ ਰਹੇ ਅਤੇ ਵੀ ਕਿੱਥੋਂ ਆਏ ਬਈ ਮੈਂ ਮਹਾਰਾਜ ਉੜੀਸਾ ਤੋਂ ਅੱਛਾ ਭਾਈ ਕਿਹਨਾਂ ਦਾ ਮੁੰਡਾ ਮਹਿਰਿਆਂ ਦਾ ਅੱਗੇ ਵਿਆਹ 'ਚ ਪਾਣੀ ਭਰਦੇ ਹੁੰਦੇ ਮਹਿਰੇ ਹੁਣ ਤਾਂ ਉਹ ਸਮਾਂ ਨਹੀਂ ਰਿਹਾ ਚਲੋ ਜੀ ਹਿੰਮਤ ਰਾਏ ਬੜਾ ਪਿਆਰ ਕੀਤਾ ਸੱਚੇ ਪਾਤਸ਼ਾਹ ਧਰਮ ਫਿਰ ਮੋਹ ਭੰਗਾ ਹੁਣ ਹਿੰਮਤ ਰਾਏ ਸਾਨੂੰ ਹਿੰਮਤ ਦੀ ਬੜੀ ਲੋੜ ਹੈ ਲਓ ਜੀ ਸੱਚੇ ਪਾਤਸ਼ਾਹ ਲਗਾਏ ਤੰਬੂ ਦੇ ਵਿੱਚ ਹਿੰਮਤ ਰਾਏ ਦਾ ਸੀਸ ਧਰ ਤੋਂ ਚੁਕਾ ਹਾਂਜੀ ਜਦੋਂ ਪੰਜਵੀਂ ਦੀ ਵਾਰੀ ਆਈ ਸਾਹਿਬ ਰਾਮ ਲਾਈ ਨਾਨਕ ਜੀ ਦਾ ਕਰਨਾਟਕਾ ਬਿਦਰ ਸ਼ਹਿਰ ਤੋਂ ਹਜ਼ੂਰ ਸਾਹਿਬ ਤੋਂ ਹਾਂਜੀ ਸੱਚੇ ਪਾਤਸ਼ਾਹ ਪੁੱਛਦੇ ਕਿੱਥੋਂ ਆਇਆ ਬਈ ਮੈਂ ਜੀ ਕਰਨਾਟਕਾ ਬਿਦਰ ਸ਼ਹਿਰ ਅਤੇ ਬਿਦਰ ਸ਼ਹਿਰ ਤੋਂ ਆਇਆ ਜਿਹਦਾ ਤਾਂ ਮੁੰਡਾ ਮੈਂ ਸੱਚੇ ਪਾਤਸ਼ਾਹ ਲਾਈਆਂ ਦਾ ਅਸੀਂ ਵਿਆਹ ਜੀ ਭਾਂਡੇ ਮਾਂਜੇ ਹਾਂ ਕੀ ਨਾਮ ਸਾਹਿਬ ਰਾਮ ਮਹਾਰਾਜ ਕਹਿੰਦੇ ਪਹਿਲਾਂ ਦਿਆ ਫਿਰ ਧਰਮ ਫਿਰ ਲੋਕਮਤਾ ਫਿਰ ਹਿੰਮਤ ਹੁਣ ਸਾਹਿਬਤਾ ਵੀ ਆ ਗਈ ਬਈ ਲਾਸਟ ਪਿਆਰਾ ਜੀ ਸਭ ਤੋਂ ਬੜਾ ਪਿਆਰ ਕੀਤਾ ਬਹੁਤ ਪਿਆਰ ਜਿੰਨਾ ਵੀ ਕਹੋ ਉਹਨਾਂ ਤੰਬੂ ਚ ਲਗਾਏ ਕਰਿਆ ਚੰਡੀ ਦਾ ਵਾਰ ਸੀਸ ਧਰ ਤੋਂ ਇਹ ਭਾਈ ਪੰਜ ਪਿਆਰਿਆਂ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਇਹ ਕੀ ਚੀਜ਼ ਆ ਕਿਸ ਚੀਜ਼ ਤੋਂ ਬਣਦੀ ਹੈ ਜੀ ਹੋਰ ਕੀ ਚੀਜ਼ ਹੋਰ ਉਹ ਕਿਹੜੀ ਹੈ ਜੀ ਭੰਗ ਗਿਆਨੀ ਜੀ ਕੀ ਕਹਿੰਦੇ ਬਸ ਬਸ ਬਹੁਤ ਆ ਜੀ ਇੰਨਾ ਇਹ ਮੁੱਲ ਵੇਚਦੇ ਜੀ ਗਹਿਣੇ ਜੀ ਮੁੱਲ ਵੇਚਦੇ ਦੁਕਾਨ ਤੇ ਸਮਾਨ ਮੁੱਲ ਹੀ ਵੇਚਦਾ
ਭੰਗ ਤਾਂ ਉੱਥੇ ਫ੍ਰੀ ਮਿਲ ਜਾਂਦੇ ਆ ਜੀ। ਉਹ ਉੱਥੇ ਪਰੇ ਬਹੁਤ ਹੈ। ਛੇ ਦਾ ਭੋਗ ਲੱਗਦਾ ਫਿਰ ਤੁਸੀਂ ਲਾ ਲਿਆ ਜੀ। ਪਾਣੀ ਦਾੜੀ ਕਿੰਨੀ ਵਾਰੀ ਲਾਉਂਦੇ ਆ?